वालेकुम सलाम। बाहर मोटरसाइकिल जो बाहर निकल गई है इतने वेरी वेरी नाइस प्यारे हो। अस्सलाम अस्सलाम। वालेकुम सलाम जी। कौन जी? मैं डॉक्टर हाँ। अच्छा तेरे फास्ती की क्या लगा लाई है? मैं पीना चाहना कि फास्ती कतरे मेरे जरा गौर नाल पिया करो। पिछली बार की दवाई बाहर रोड़ गई सी। ऐस कार च जिन्ने बच्चे ने सारे बाहर बुलाओ। ये थे बच्चा भी मैं आई थी तो मैं डॉक्टर मैं आई लगा आई की मतलब और कोई बच्चा नहीं है? मेरा चेकअप करो जी। ऐ कौन है? ये पता नहीं कौन है। कौन है तू? कौन हो जी? मैं डॉक्टर। मैं चंगड़ा। ਇਹ ਕੀ ਕਰ ਰਹੇ ਹੋ? ਤੁਸੀਂ ਕੀ ਕਰ ਰਹੇ ਹੋ? ਮੈਂ ਇੱਥੇ ਟੀਕੇ ਲਾਉਣ ਆਈ ਹਾਂ। ਤੇ ਲਾਓ ਨਾ ਟੀਕੇ ਤੇ ਟੀਕਾ ਲਾਓ। ਓਏ ਸ਼ਰਾਬ ਪੀ ਕੇ ਕੁੱਕੜੀਆਂ ਦਾ ਮੁਜਰਾ ਵੇਖਣ ਵਾਲਿਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ? ਠੀਕ ਹੈ, ਤੁਸੀਂ ਸੁਣਾਓ? ਤੁਸੀਂ ਕੌਣ ਜੀ? ਮੈਂ ਡਾਕਟਰ। ਇਹਨੂੰ ਚੈੱਕ ਕਰੋ, ਪਰਸੋਂ ਬਿਮਾਰ ਸੀ। ਹਾਂ ਅੱਛਾ। ਹਸਪਤਾਲ ਦਾਖਲ ਸੀ। ਹਾਂ ਮੈਂ ਜੀ ਖਬਰ ਲੈਣ ਗਿਆ, ਇਹਨੂੰ ਡ੍ਰਿਪ ਲੱਗੀ ਸੀ। ਹਾਂ ਹਾਂ ਡ੍ਰਿਪ ਲੰਮੀ ਪਈ ਸੀ, ਇਹਨੂੰ ਟੰਗਿਆ ਸੀ ਉੱਤੇ। ਇਹ ਭਲਾ ਕਿਉਂ ਟੰਗੀ ਆ? ਕਿਉਂ? ਉਹ ਡ੍ਰਿਪ ਬਹੁਤ ਹੀ ਭਰੀ ਗਈ, ਥੋੜਾ ਜਿਹਾ ਬੈਗ ਕਰ ਰਹੇ ਸਨ ਉਹਨੂੰ। ਆ ਜੀ ਉਹ ਤਿੱਤਰ ਤੇ ਬੈਗ ਦੁਬਈ ਜਾਣ ਵਾਲੇ ਆ। ਆ ਜੇ ਬਿਮਾਰ ਨੂੰ ਚੈੱਕ ਕਰੋ। ਆ ਇੱਧਰ ਆਓ ਜੀ, ਇਹਨੂੰ ਚੈੱਕ ਅਪ ਕਰੋ ਜੀ। ਆ ਦੇਖੋ ਜੀ, ਮੈਂ ਜੋ ਖਾਦਾ ਪੀਤਾ ਮੇਰੇ ਨਾਲ ਜੋ ਹੋ ਰਿਹਾ ਹੈ, ਅੱਛਾ ਇਹਦਾ ਹੱਲ ਕੋਈ ਕੱਢ ਕੇ ਜਾਣਾ ਜੀ ਮੈਂ ਤੁਹਾਨੂੰ ਦੱਸਾਂ। ਆਇਓ ਆਇਓ ਆ ਵੇਖੋ ਵੇਖੋ, ਖੁੱਲਾ ਡੁੱਲਾ ਹੋ ਕੇ ਸੁੱਤਾ ਫੇਰ ਸੋਫਾ ਵੇਲਾ। ਮੈਨੂੰ ਚੈੱਕ ਕਰੋ ਜੀ, ਮੇਰਾ ਬਲੱਡ ਤੇਜ਼ ਹੋ ਗਿਆ ਜੀ। ਹਾਂ ਇਹਦਾ ਬਲੱਡ ਤੇਜ਼ ਹੋ ਗਿਆ। ਹਾਂ ਇਹਦਾ ਬਲੱਡ ਕੱਟ ਦਿਓ। ਆਹਾ ਤੇਰਾ ਬਲੱਡ ਤੇਜ਼ ਕਿਉਂ ਹੋਇਆ? ਉਹ ਕੁੱਚੇ ਚ ਮੋਟਰਸਾਈਕਲ ਚਲਾਉਣ ਵਾਲੇ ਆ। ਚੈੱਕ ਕਰੋ ਜੀ, ਚੈੱਕ ਕਰੋ। ਸਾਹ ਲਓ ਲੰਬਾ ਸਾਹ। ਆਹ ਹਾਏ ਇਹ ਕਿਹੜਾ ਸਾਹ ਹੈ? ਬਸ ਇਹ ਹੀ ਨਿਕਲਣ ਡਿਆ ਜੀ, ਅੰਦਰ ਅੱਗ ਲੱਗੀ ਪਈ ਹੈ। ਓਏ ਸਾਹ ਲਓ। ਬਾਬਾ ਕੇ ਵੱਜ ਰਹੇ ਆ। ਸਾਹ ਲੈ। ਆਹ ਸਾਹ ਲੈ। ਹਾਂ ਥੱਲੇ ਹੀ ਆ ਖਲੋਇਆ। ਸਾਹ ਲੈ। ਹਾਂ ਇੱਕ ਹੋਰ ਲੈ। ਹਾਂ ਹੁਣ ਅੱਲਾਹ ਦੇ ਹੁਕਮ ਨਾਲ ਆਖਰੀ ਲੈ। ਉੱਠ ਜੀ, ਇੱਧਰ ਬੁਲਾ ਦੇ, ਇੱਧਰ ਬੁਲਾ ਦੇ। ਇਹਨੂੰ ਫਾਂਸੀ ਹੋਈ, ਬਚ ਗਿਆ। ਉਹ ਕਿਵੇਂ? ਰੱਸਾ ਉੱਚਾ ਸੀ। ਤੁਹਾਨੂੰ ਕੀ ਮਰਜ਼ੀ? ਇਹ ਥੱਲਿਓ ਥੱਲਿਓ ਬਰੀ ਹੋ ਕੇ ਨਿਕਲ ਆਇਆ ਮੈਂ। ਚਲੋ ਅੱਛਾ ਭੈਣ, ਬਾਰਿਸ਼ ਰੋਕ ਲੈਂਦੇ, ਭੋਲਾ ਆ ਰਿਹਾ ਭਿੱਜ ਕੇ। ਆਲਾ ਆਲਾ ਸੁਣਾ ਮਨੂ ਜੀ। ਹਾਂ ਜੀ ਮਨੂ ਜੀ, ਬੜੀ ਪੁਰਾਣੀ ਮਰਜ਼ੇ। ਉਹ ਕਿਹੜੀ ਹੈ? ਬਚਪਨ ਤੋਂ ਲੱਕ ਤੇ ਹੁਣ ਤੱਕ ਉਹ ਮਰਦ ਖਲੋਂਦੀ ਨਹੀਂ। ਮੈਂ ਆ ਖਲੋਇਆ ਹੈ, ਮੇਰੀ ਹੋਰ ਮਰਜ਼ੇ। ਮੇਰੀ ਮਰਜ਼ੇ ਵੇ, ਜਦੋਂ ਮੈਂ ਰਾਤ ਨੂੰ ਸੌਂਦਾ ਮੇਰਾ ਮਸਾਨਾ ਖਲੋ ਜਾਂਦਾ। ਪਾਇਆ ਨੇ ਤੁਹਾਡਾ ਢੱਕਣ ਖੁੱਲ ਗਿਆ। ਤੁਸੀਂ ਨਾ ਆਪਣਾ ਜਿਹੜੀ ਤੁਹਾਨੂੰ ਆਵਾਮੀ ਮਰਜ਼ੇ ਦਾ ਆ ਜੇ ਉਹਦਾ ਹੱਲ ਹੈ, ਫਿਰ ਤੁਸੀਂ ਨਾ ਆਪਣੇ ਬਲੇਰਿਆਂ ਤੇ ਚੀਨੀ ਖਿਲਾ ਲਓ। ਕਿਉਂ? ਹਾਂ ਜਦੋਂ ਕੀੜੇ ਬਾਹਰ ਆਉਣਗੇ ਨਾ ਪਿੱਛੋਂ ਬੂਹੇ ਬੰਦ ਕਰ ਲਿਆ। ਪਹਿਲੇ ਵੀ ਇੱਕ ਬਾਹਰ ਆਇਆ ਸੀ, ਫਿਰ ਗਿਆ ਹੀ ਨਹੀਂ। ਉਹ ਮੇਰਾ ਦਿਲ ਲੱਗ ਗਿਆ। ਮੈਂ ਗਿਆ ਹਾਂ। ਓਏ ਉਹ ਤੂੰ ਵਿਆਹ ਤੇਰਾ ਹੋਇਆ ਸੀ, ਮੈਨੂੰ ਤੇ ਹੁਣ ਮੇਰਾ ਹੋਇਆ ਸੀ ਵਿਆਹ। ਨਹੀਂ ਫਿਰ ਤੇਰੇ ਨਾਲ ਤਾਂ ਜਿਆਦੀ ਹੋਈ ਬਈ। ਓ ਅੱਬੇ ਦੇ ਡਰ ਤੋਂ ਮੈਂ ਉਹਦੇ ਗਲ 'ਚ ਹਾਰ ਪਾਇਆ, ਉਹ ਸਾਲਾ ਪੱਕਾ ਹੋ ਗਿਆ। ਮੈਂ ਇਹਨੂੰ ਬਾਹਰ ਕੱਢ ਕੇ ਤੇ ਆਪ ਉੱਥੇ ਹੀ ਹਾਂ, ਮੈਂ ਤੈਨੂੰ ਦੱਸਣਾ ਮੈਂ ਤੇਰਾ ਵਿਆਹ ਹੀ ਕਰਾ ਕੇ ਜਾਊਂ ਜੋ ਹੋਇਆ। ਸਾਡਾ ਮੈਸੇਜ ਪਹੁੰਚ ਗਿਆ। तुमसे रुसा हुआ हूँ। प्लीज मनी जाओ ना। कितने मनी जाओ ना?
ਜਿਹੜਾ ਗਰਕ ਕਰ ਛੱਡੀ ਮੇਰਾ ਹਾਂ ਕੀ ਮੇਰੇ ਨਾਲ ਕੀ ਕੀਤਾ ਤੂੰ ਮੇਰੇ ਸਾਹਮਣੇ ਲੈਪਟਾਪ ਖੋਲ ਕੇ ਬੈਠੀ ਆ ਮੇਰਾ ਜਿਹੜਾ ਉਹਦੇ ਗਲੇ 'ਚ ਹਾਰ ਪਾਤਾ ਓਏ ਹਾਰ ਪਾਇਤਾ ਮੈਂ ਕਿਹਾ ਚਲੋ ਵੱਡੇ ਕਰਦਾ ਅੱਬਾ ਜੀ ਫੈਰ ਮਾਰਨਗੇ ਲੱਤ ਲੁੱਤ ਤੇ ਬਾਹ ਬੂ ਤੇ ਵੱਜ ਜਾਏਗਾ ਅੱਛਾ ਤੇ ਜੇ ਮੈਨੂੰ ਫੈਰ ਵੱਜ ਜਾਂਦਾ ਮੈਂ ਤੇ ਹੈ ਹੀ ਲੱਤ ਜਿੱਡਾ ਤੈਨੂੰ ਪਤਾ ਮੈਂ ਤੇਰੇ ਨਾਲ ਸ਼ਾਦੀ ਕਿਉਂ ਕੀਤੀ ਕਿਉਂ ਕੀਤੀ ਕਿਉਂਕਿ ਮੈਂ ਤੇਰੇ ਨਾਲ ਪਿਆਰ ਕਰਦੀ ਆ ਇਹ ਗੱਲ ਏ ਹਾਂ ਨਾ ਹਾਂ ਇਹੀ ਗੱਲਾਂ ਤੇ ਮੈਂ ਸ਼ਾਦੀ ਕੀਤੀ ਸੀ ਤੇ ਮੈਂ ਵੀ ਤਾਂ ਹੀ ਸ਼ਾਦੀ ਕੀਤੀ ਸੀ ਤੂੰ ਮੇਰੇ ਨਾਲ ਪਿਆਰ ਕਰਨੀ ਆ ਹਾਂ ਬਸ ਠੀਕ ਏ ਤੇਰੀ ਮੇਰੀ ਸ਼ਾਦੀ ਹੋ ਗਈ ਏ ਠੀਕ ਏ ਕੋਲ ਦਾ ਬੱਚੇ ਵੀ ਦੇਗਾ ਰੌਣਕਾਂ ਲੱਗਣਗੀਆਂ ਇਸ ਘਰ ਦੇ ਵਿੱਚ ਬੜੇ ਮਜ਼ੇ ਆਣਗੇ ਲਾਹੌਰ ਲਾਈਓ ਲਾਹੌਰ ਲਾਈਓ ਮਤਲਬ ਤੁਹਾਨੂੰ ਤੈਰਨਾ ਆਉਂਦਾ ਨਾ ਓ ਆਈ ਨੋ ਸਵੀਮਿੰਗ ਜਾਂਦਾ ਯਾ 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 ਯਾ
ਇਹੋ ਜਿਹਾ ਹੀ ਹੈ ਯਾਰ। ਮੈਂ ਤੁਹਾਡੇ ਨਾਲ ਗੱਲ ਹੀ ਕੋਈ ਕਰ ਸਕਦਾ ਜੀ। ਕਿਆ ਮੈਂ ਤੁਹਾਡੇ ਨਾਲ ਗੱਲ ਕਰਨੀ ਨਹੀਂ? ਕਿਆ ਤੁਸੀਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੋ? ਹਾਂ ਕਿਵੇਂ? ਉਹ ਤੁਹਾਡੇ ਸੀਨੇ ਤੇ ਬੋਝ ਹੀ ਬੜਾ ਚੁੱਕਿਆ, ਮੇਰੇ ਕੋਲੋਂ ਵੀ ਨਹੀਂ ਜਾਣ ਦਿਆ। ਅਗਰ ਇਜਾਜ਼ਤ ਅਗਰ ਇਜਾਜ਼ਤ ਤੇ ਕਰੋ ਸਾਡਾ ਬੋਝ ਨਹੀਂ ਕਿਸੇ ਨੇ ਵੰਡਾਉਣਾ, ਤੁਹਾਡਾ ਤਾਂ ਕਈਆਂ ਨੇ ਵੰਡਾ ਲੈਣਾ। ਤੁਸੀਂ ਇੰਜ ਕਰਨਾ, ਆਪਣਾ ਭਾਰ ਮੇਰੇ ਮੋਢਿਆਂ ਤੇ ਰੱਖ ਦਿਓ। ਹੈਲੋ, ਤੇਰਾ ਕੱਦ ਵੀ ਐਡਾ ਜੀ ਆਈ ਹੈ ਵੈਸੇ। ਆਪਣਾ ਭਾਰ ਨਹੀਂ ਤੇ ਮੋਢੇ ਤੇ ਰੱਖਣਾ? ਕਿਉਂ? ਹਾਂ ਇਹਦੇ ਘਰ ਤੇ ਰੱਖਿਆ ਸੀ, ਜਾ ਕੇ ਮਹੱਲੇ 'ਚ ਵੰਡ ਆਇਆ ਸੀ। ਸਾਡੇ ਘਰ ਨਾ ਮੈਡਮ ਡਕੈਤੀ ਹੋਈ ਹੈ, 10 ਡਾਕੂ ਆਏ ਨੇ, ਅਸੀਂ ਤੇ ਘਰ ਹੈ ਹੀ ਨਹੀਂ। ਇਹ ਚਸ਼ਮਦੀਦ ਗੋਹਾ ਹੈ, ਉਹਨਾਂ ਇਹਨੂੰ 15 ਕਿਲੋ ਵਾਲੇ ਛਾਪਰ 'ਚ ਪਾ ਕੇ ਕੇਲੇ ਨਾਲ ਟੰਗੇ ਆ, ਸਾਰਾ ਕੁਛ ਲੁੱਟ ਕੇ ਲੈ ਗਏ ਨੇ, ਉੱਥੇ ਦੇਖ ਰਹੇ ਆ। ਚਾਚਾ ਜੀ ਆ ਵਿੱਚੋਂ, ਆ ਵਿੱਚੋਂ ਹਿੱਸਾ ਲੈਂਦਾ। ਆਹੋ ਪਹਿਲੇ ਹੱਥਾਂ ਤੇ ਬੁੱਲ ਬੜੇ ਟੈਟ ਪਾਉਣਾ ਸੀ, ਭਾਵੇਂ ਜਲ ਹੀ ਹੈ। ਇਹ ਵੀ ਸਹਿਗਾ ਵੇਖ, ਜਾ ਪਾਣੀ ਲਿਆ, ਸੰਗ ਚ ਫਸ ਗਏ। ਦੇਖੋ ਬਾਜ਼, ਤੁਸੀਂ ਵੀ ਦੇਖੋ ਬਾਜ਼ ਆਓ। ਕਿਆ ਹੋਇਆ? ਪਿੱਛੇ ਵੀ ਟ੍ਰੈਫਿਕ ਹੈ, ਕਿਤੇ ਬੰਪਰ ਨਾ ਚਲਾ ਲਿਆ ਜੇ। ਅੱਛਾ ਜੀ, ਟ੍ਰੈਫਿਕ ਉਧਰ ਹੈ ਨਾ, ਤੇ ਅਸੀਂ ਵੀ ਡਿੱਪਰ ਮਾਰਨ ਦੇ ਜੇ। ਤੁਸੀਂ ਡਿੱਪਰ ਮਾਰ ਨਹੀਂ ਸਕਦੇ। ਉਹ ਕਿਉਂ? ਤੁਹਾਡੀ ਬੈਟਰੀ ਪਹਿਲਾਂ ਫੁੱਲੀ ਹੈ। ਟੁੱਟੀ ਸੜਕ ਤੇ ਗਏ ਹੋ, ਕਦੀ ਜੰਪ ਲੱਗੇ, ਤੁਹਾਡਾ ਮੂੰਹ ਤੇ ਨੀ ਭਜਿਆ? ਸਿੱਧਾ ਸਿੱਧਾ ਮਾਮਲਾ ਕਿ ਮੇਰਾ ਪਲਾਟ ਜਿਹੜਾ ਸੀ ਨਾ, ਇਲਾਕਾ ਜਿਹਦੇ ਨਾਲ ਮੇਰੀ ਸ਼ਾਦੀ ਹੋਈ ਆ, ਉਹ ਤੇ ਆਪੇ ਦੇ ਡਰ ਦੀ ਵਜ੍ਹਾ ਤੋਂ ਉੱਧਰ ਕਨਵਰਟ ਹੋ ਗਿਆ। ਹੁਣ ਤੁਹਾਡੇ ਅੱਗੇ ਤਰਲਾ ਹੀ ਹੈ, ਕੈਨੇਡੀ ਆਈ ਹੈ, ਮੇਰਾ ਵਿਆਹ ਕਰਾ ਦਿਓ, ਇੱਧਰ ਕਰਾ ਦੇ। ਹਾਂ ਇੱਧਰ ਕਰਾ, ਮੈਂ ਤੁਹਾਡਾ ਵਿਆਹ ਕਰਾ ਦਿਆਂਗਾ। ਅੱਛਾ ਜੀ, ਲੇਕਿਨ ਕਰੋਗੇ ਕੀ? ਕਰਨਾ ਕੀ ਆ ਓਏ, ਆਹ ਕੋਈ ਜਿਹੜਾ ਕੋਈ ਖਰਚਾ ਉਹਨੂੰ ਦੇਣੇ ਆ, ਅੱਧਾ ਪਛਤਾ ਉਹਨੂੰ ਦੇਈ ਜਾਵਾਂਗੇ। ਕਿਹਨੂੰ? ਆਹੋ ਤੇਰੇ ਕੋਲ ਟਗਾ ਨਹੀਂ ਹੈਗਾ। ਨਹੀਂ ਨਹੀਂ, ਕੰਮ ਕਰ ਰਹੇ ਆ ਅਸੀਂ, ਕੋਈ ਕੰਮ ਤੇ ਲਵਾ ਦੇ। ਕੰਮ ਮੈਂ ਤੇਰੇ ਹੱਥੇ ਬੜਾ ਲੱਭਿਆ। ਕੋਈ ਸੌਖਾ ਕੰਮ? 1.5 ਲੱਖ ਰੁਪਈਆ ਤਨਖਾਹ ਏ। ਅੱਛਾ, ਹਾਂਜੀ, ਤੇ ਕੰਮ ਕੀ ਕਰਨਾ? ਆ ਕਿੱਲੀਆਂ ਤਾਰਾਂ ਤੇ ਟਾਕੀ ਫੇਰਨੀ ਏ। ਵਾਹ ਵਾਹ, ਵੇਖੋ ਨਾ ਕਿਆ ਬਾਤ, ਪਹਿਲੀ ਤਨਖਾਹ ਹੀ ਮੇਰੀ ਪੈਨਸ਼ਨ ਬਣ ਗਈ। ਤੁਹਾਡੇ ਵਾਸਤੇ ਵੀ ਇੱਕ ਨੌਕਰੀ ਲੱਭੀ ਹੈ। ਕੀ? ਉਹਦਾ 2.5 ਲੱਖ ਰੁਪਈਆ ਮਹੀਨਾ ਤਨਖਾਹ ਹੈ। ਫਿਰ ਇਹ ਕਰਾਚੀ ਜਾਣਾ ਸਮੁੰਦਰ ਤੇ। ਅੱਛਾ, ਉੱਥੇ ਜਿੰਨੀਆਂ ਛਲ ਨਾਲ ਪਾਣੀ ਬਾਹਰ ਆਉਂਦਾ, ਤੁਸੀਂ ਵੈਪਰ ਨਾਲ ਅੰਦਰ ਕਰਨਾ। ਇਸ ਤਰ੍ਹਾਂ ਤੇ ਮੈਂ ਤੁਹਾਡੇ ਵਾਸਤੇ ਨੌਕਰੀ ਲੱਭੀ ਹੈ। ਉਹ ਕਿਹੜੀ? 2.25 ਲੱਖ ਰੁਪਈਆ ਤਨਖਾਹ ਹੈ। ਤੇ ਕੰਮ ਕੀ ਆ? ਆ ਜਿੰਨੇ ਹਨੇਰੀ 'ਚ ਛਾਪਰ ਆਉਂਦੇ ਨੇ, ਆਹਾ, ਸਾਰੇ ਇਕੱਠੇ ਕਰਕੇ ਜਿੰਨਾਂ ਦੇ ਆਣੇ ਵਾਪਸ ਕਰਦੇ ਨੇ। ਤੇ ਤੁਹਾਨੂੰ ਮੈਂ 10 ਲੱਖ ਨਾ ਲੈ ਦਿਆ? ਕਾਹਦਾ? ਬਸ ਸੋਚਣਾ ਕਿ ਆਉਣਾ ਕਿੱਥੋਂ ਹੈ। ਨੌਕਰੀ ਬੜੀ ਹੈ, ਤੇ ਕੰਮ ਕਰਦੇ ਕੀ ਹੈ ਵੈਸੇ? ਹਾਂਜੀ, ਵਿਹਲੇ ਹੀ ਹੋ? ਓਏ ਅੰਨੀ ਦਿਆ, ਤੂੰ ਕੋਮੇ 'ਚ ਹੋਏ ਤੇਰੇ ਘਰ ਜਾਣ ਦਾ ਬੰਦਾ ਵੜਿਆ ਹੀ ਨਿਕਲ ਜਾ।